अच्छा जी, की समस्या थोड़ी? किन्ने दिन हो गए जी? 10 दिन हो गए। 10 दिन हो गए? हाँ जी। ते 10 दिन हो गए, क्यों गुजारा कर रहे थे? ਅਸੀਂ ਉਹ ਨਾਲ ਕੀ ਪੜੋਸੀਆਂ ਕੋਲ ਲੈ ਕੇ ਪਾਣੀ ਗੁਜ਼ਾਰਾ ਕਰੀ ਜਾਂਦੇ ਹਾਂ। ਅੱਛਾ, ਕਮੇਟੀ ਨਗਰ ਕੌਂਸਲ ਨੂੰ ਕਿਸੇ ਨੂੰ ਕਿਹਾ ਸੀਗਾ? ਮੈਂ ਸਿੰਘ ਨੂੰ ਫੋਨ ਕੀਤਾ ਸੀਗਾ ਅਸੀਂ ਕੱਲ ਦਾ। ਅੱਛਾ, ਇਹਨਾਂ ਨੇ ਸਾਡੀ ਸੁਣੀ ਹੈ। ਉਸ ਤੋਂ ਪਹਿਲਾਂ ਤੁਹਾਡਾ ਐਮਸੀ ਕੌਣ ਹੈ ਜੀ ਇੱਥੇ ਦਾ? ਹਾਂਜੀ, ਐਮਸੀ ਐਮਸੀ ਬਾਬਾ। ਅੱਛਾ, ਉਹਨੂੰ ਕਿਹਾ ਸੀਗਾ ਤੁਸੀਂ? ਉਹਨਾਂ ਨੂੰ ਕਿਹਾ ਕੱਲ ਆਏ ਸੀਗੇ। ਕੀ ਕਹਿੰਦੇ? ਕਹਿੰਦਾ ਪ੍ਰੋਬਲਮ ਹੈ, ਲੈਟ ਉਹ ਨਹੀਂ ਆਈ ਹੈਗੀ, ਉਹ ਚੈਂਬਰ ਟੈਂ ਬਣਦੇ ਮੈਂ। ਅੱਛਾ, 8-10 ਦਿਨ ਹੋ ਗਏ। 10 ਦਿਨ ਹੋ ਗਏ ਤੁਸੀਂ ਕਹਿੰਦੇ ਪਾਣੀ ਨਹੀਂ ਆਇਆ? ਪਾਣੀ ਨਹੀਂ ਆਇਆ। ਹਾਂਜੀ, ਪਾਣੀ ਨਹੀਂ ਆਇਆ। ਥੈਂਕ ਯੂ। ਤੇ ਬਲਵੰਤ ਸਿੰਘ ਨੇ ਇਹਨਾਂ ਨੇ ਸੁਣੀ ਹੈ ਗੱਲ? ਅੱਛਾ, ਕੱਲ ਫੋਨ ਕੀਤਾ ਹੈ ਤੇ ਅੱਜ ਵੀ ਟੈਂਕ ਆ ਗਿਆ। ਠੀਕ ਹੈ ਜੀ, ਅੱਜ ਟੈਂਕ ਆ ਗਿਆ। ਭਾਈ ਕੀ ਨੋ ਹੈ? ਬਲਵੰਤ ਸਿੰਘ ਲੋਹਾ। ਅੱਛਾ ਜੀ, ਐਕਚੁਅਲ ਵਾਰਡ ਨੰਬਰ 17 ਤੇ 16 ਦੀ ਗਲੀ ਆ। ਰਾਤੀ ਇਹਨਾਂ ਨੇ ਮੈਨੂੰ ਫੋਨ ਕਰਿਆ ਵੀ ਪਾਣੀ ਦੀ ਬਹੁਤ ਦਿੱਕਤ ਆ, ਕਿਸੇ ਕੋਈ ਪ੍ਰਸ਼ਾਸਨ ਸੁਣ ਨਹੀਂ ਰਿਹਾ, ਨਾ ਪ੍ਰਸ਼ਾਸਨ ਦਾ ਕਿਸੇ ਵੱਲ ਧਿਆਨ ਆ ਜੀ। ਵੀ 4-5 ਦਿਨ ਤੋਂ ਪਾਣੀ ਵਾਲਾ, ਬੜੇ ਦੁੱਖ ਦੀ ਗੱਲ ਆ ਵੀ ਇੰਨੇ ਦਿਨਾਂ ਤੋਂ ਪਾਣੀ ਦਾ ਕੋਈ ਇੰਤਜ਼ਾਮ ਹੀ ਨਹੀਂ ਕਰਿਆ ਗਿਆ ਪ੍ਰਸ਼ਾਸਨ ਵੱਲੋਂ। ਪ੍ਰਸ਼ਾਸਨ 'ਚ ਫਿਰ ਅੱਜ ਸਵੇਰੇ ਮੈਂ ਗੱਲ ਕਰੀ, ਪ੍ਰਸ਼ਾਸਨ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਸਾਡੇ ਕੋਲ ਕੋਈ ਕਿਸੇ ਤਰ੍ਹਾਂ ਦੀ ਸੁਵਿਧਾ ਨਹੀਂ। ਫਿਰ ਅਸੀਂ ਇਹ ਆਪਣਾ ਪ੍ਰਾਈਵੇਟ ਇੰਤਜ਼ਾਮ ਕਰਕੇ, ਕਿਉਂਕਿ ਪਾਣੀ ਦਾ ਤਾਂ ਸਭ ਤੋਂ ਵੱਡਾ ਦਾਨ ਆ, ਇਹਨਾਂ ਨੇ ਅੱਜ ਅਸੀਂ ਪਾਣੀ ਦਾ ਇੰਤਜ਼ਾਮ ਕਰਕੇ ਇਹਨਾਂ ਦੀ ਸੇਵਾ ਵਿੱਚ ਹਾਜ਼ਰ ਹੋਇਆ। ਤੁਸੀਂ ਇੱਥੇ ਨਗਰ ਕੌਂਸਲ ਲਈ ਕਿੰਨਾ ਗੱਲ ਕੀਤੀ ਸੀ? ਆਸੂ ਜੀ ਨਾਲ ਗੱਲ ਕਰੀ ਸੀ। ਅੱਛਾ, ਕੀ ਕਹਿਣਾ ਸੀ? ਕੋਈ ਟੈਂਕਰ ਅਵੇਲੇਬਲ ਨਹੀਂ ਹੈਗਾ। ਅੱਛਾ ਜੀ, ਹਾਂਜੀ, ਦਿੱਲੀ ਗਏ ਹੁਣ।